ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ ਤੁਹਾਡੇ? ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਅੱਜ ਦੇ ਵਲੌਗ ਦੀ ਕਰਦੇ ਹਾਂ ਸ਼ੁਰੂਆਤ। ਸੋ ਅੱਜ ਹੈਗਾ ਮੱਸਿਆ ਦਾ ਦਿਹਾੜਾ, ਇੱਥੇ ਭੁਪਿੰਦਰ ਵੀਰ ਨਾਲ ਮੇਰੇ ਆਇਆ ਵਾ, ਅਤੇ ਉੱਦਣ ਜਿਹੜੇ ਬੂਟੇ ਆਪਾਂ ਲਾਏ ਉਹਨਾਂ ਵਿੱਚ ਕਈ ਬੂਟੇ ਮਰ ਗਏ ਆ। ਸੋ ਅੱਜ ਆਪਾਂ ਉਹ ਲਾਉਣ ਲੱਗੇ ਹਾਂ। ਇਹਦੇ ਨਾਲ ਮੌਸਮ ਵੀ ਪੂਰਾ ਠੰਡਾ ਹੋ ਗਿਆ ਵਾ, ਅਤੇ ਚਾਰੇ ਬੰਨੇ ਵੇਖ ਲਓ ਬੱਦਲ ਹੀ ਬੱਦਲ ਆ ਰਹੇ, ਮੀਂਹ ਆਉਣ ਡਿਆ ਨਿਗਾ ਨਿਗਾ, ਪੂਰੀ ਗੱਲਬਾਤ ਹੈ। ਆਪਾਂ ਜਾ ਰਹੇ ਹਾਂ ਬੂਟੇ ਲੈ ਕੇ ਧਾਰ। ਚਲੋ ਜੀ, ਇਹ ਆਪਣਾ ਲੰਗਰ ਹਾਲ ਹੈ ਪਿੰਡ ਦਾ, ਅਤੇ ਇੱਥੇ ਆਪਣਾ ਹਰ ਮੱਸਿਆ ਦੀ ਮੱਸਿਆ 'ਚ ਲੰਗਰ ਲੱਗਦਾ ਵਾ, ਸੰਗਤਾਂ ਛਕਣ ਡੀਆਂ। ਆ ਗਏ ਸਾਰੇ ਵਲੌਗ ਦੇ ਵਿੱਚ, ਆ ਗਏ। ਸਤਿ ਸ਼੍ਰੀ ਅਕਾਲ, ਕਿੱਦਾਂ? ਠੀਕ ਹੈ? ਕਿੱਥੋਂ ਆਏ ਜੀ? ਠੀਕ ਹੈ, ਠੀਕ ਹੈ, ਚਲੋ ਵਧੀਆ। ਵੇਖ ਸਕਦੇ ਤੁਸੀਂ ਬਹੁਤ ਜ਼ਿਆਦਾ ਬੱਦਲ ਹੈ, ਸਾਰੇ ਬੰਨੇ ਬੱਦਲ ਚੈੱਕ ਕਰ ਸਕਦੇ ਤੁਸੀਂ ਜੀ, ਬਹੁਤ ਹੀ ਜ਼ਿਆਦਾ ਵਾ। ਲਓ ਜੀ, ਇਹਦੇ ਨਾਲ ਹੀ ਬਾਰਿਸ਼ ਵੀ ਆ ਗਈ ਆ, ਤੁਸੀਂ ਵੇਖ ਸਕਦੇ ਜੇ ਬੱਦਲ ਵੇਖੋ ਕਿੱਦਾਂ ਆਇਆ ਵਾ ਸਾਰੀ ਸਾਈਡ ਨੂੰ। ਤੁਸੀਂ ਵੇਖ ਸਕਦੇ ਜੇ ਪਹਿਲਾਂ ਵੀ ਕਾਰਵਾਈ ਹੋਈ ਆ, ਅਤੇ ਫਿਰ ਬੱਦਲ ਵੇਖੋ, ਚੈੱਕ ਕਰੋ, ਬੱਦਲ ਹੀ ਬੱਦਲ ਹੈ, ਬਹੁਤ ਜ਼ਿਆਦਾ ਬੱਦਲ ਹੈ। ਲਓ ਜੀ, ਆ ਗਏ ਅੱਜ ਗੁਰਮੇਲ ਵੀਰ ਦੇ ਘਰ। ਸੋ ਇਹਦਾ ਤੁਹਾਨੂੰ ਹੁਣ ਟੂਰ ਕਰਾਉਂਦੇ ਹਾਂ। ਸੋ ਕਰੀਏ ਟੂਰ? ਚਲੋ ਜੀ, ਤੁਸੀਂ ਬਾਹਰੋਂ ਵੇਖੋ ਪਹਿਲਾਂ। ਆ ਵੀਰ ਨੇ ਪਾਈ ਆ ਕੋਠੀ 2 ਮੰਜ਼ਲੀ, ਤੁਹਾਨੂੰ ਕਰਾਉਂਦੇ ਇਹਦਾ ਟੂਰ, ਚੱਲ ਭਾ।
ਕਿਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਮਾਹੌਲ? ਇੱਕ ਨੰਬਰ 'ਚ, ਇੱਕ ਨੰਬਰ 'ਚ ਮਾਹੌਲ ਆਪਣਾ ਘਰ ਇਹਦੀ ਹੰਡਿਆ ਤੁਹਾਨੂੰ ਦੇਖ ਸਕਦੇ ਜੀ। ਇੱਧਰ ਆਪਣਾ ਪਹਿਲਾ ਘਰ ਆ, ਆਹ ਵੇਖੋ ਐਂ ਬਾਗ ਬਣਾਇਆ ਪੂਰਾ। ਲਓ ਜੀ ਬਾਰਿਸ਼ ਹਟ ਗਈ ਆ ਅਤੇ ਹੁਣ ਸੈਰ ਕਰਨ ਜਾਣ ਡੇ ਆ ਮੈਂ ਅਤੇ ਯੁਵਰਾਜ ਸਿੰਘ। ਸੋ ਦੋਸਤੋ ਬਾਰਿਸ਼ ਆ ਗਈ ਸੀ, ਮੌਸਮ ਖਰਾਬ ਹੋਣ ਦੇ ਕਾਰਨ ਫਿਰ ਬੂਟੇ ਨਹੀਂ ਲੱਗੇ। ਸੋ ਅੱਜ ਦਾ ਵਲੋਗ ਕਰਦੇ ਹਾਂ ਇੱਥੇ ਖਤਮ। ਸੋ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ, ਅਤੇ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਸੋ ਅਗਲੇ ਵਲੋਗ ਦੇ ਵਿੱਚ ਮਿਲਦੇ ਹਾਂ ਜੀ।